ਸਰਕਾਰ ਹਰ ਲਮਹਾ ਮਾਫੀ ਦਾ ਮੈਂ ਤਲਬਗਾਰ ਬਿਸਮਿਲ੍ਲਾਹਿ ਰਹਿਮਾਨ ਰਹੀਮ ਕੁਝ ਸੱਚੀਆਂ ਤੇ ਕੁਝ ਕੌੜੀਆਂ ਗੱਲਾਂ ਦੇ ਨਾਲ ਤੁਹਾਡਾ ਭਾਈ ਤੁਹਾਡੀ ਖਿਦਮਤ 'ਚ ਹਾਜ਼ਰ ਤੇ ਸਲਾਮ ਅਰਜ਼ ਕਰਦਾ ਜੀ। ਪਾਕਿਸਤਾਨ ਦੇ ਵਿੱਚ ਜੀ ਖਿਆਲ ਕੀਤਾ ਜਾਂਦਾ ਸੀ ਇਮਰਾਨ ਖਾਨ ਸਾਹਿਬ ਦੀ ਉਹਨਾਂ ਨੂੰ ਸਿਆਸਤ ਨਹੀਂ ਆਉਂਦੀ ਜੀ। ਇਮਰਾਨ ਖਾਨ ਸਾਹਿਬ ਨੂੰ ਜਨਾਬ ਲਾਈਨ ਲਾ ਦਾਂਗੇ ਜੀ, ਇਮਰਾਨ ਖਾਨ ਸਾਹਿਬ ਨੂੰ ਜੇਲ੍ਹ 'ਚ ਬੰਦ ਕਰ ਦਿਆਂਗੇ ਜੀ, ਲੇਕਿਨ ਫੈਸਲਾ ਅੱਲਾਹ ਤਾਲਾ ਦਾ, ਬਾਕੀ ਆਵਾਮ ਦਾ ਜੀ। ਆਵਾਮ ਨੇ ਜਿਸ ਤਰ੍ਹਾਂ ਸਾਥ ਦਿੱਤਾ ਜੀ, ਜਿੱਦਾਂ ਜੇਲ੍ਹ ਭਰੋ ਤਹਿਰੀਕ 'ਚ ਸਾਥ ਦੇ ਰਹੀ ਆ, ਜਿੱਦਾਂ ਅੱਜ ਪਿੰਡੀ ਦੇ ਵਿੱਚ ਲੋਕ ਨਿਕਲੇ, ਜਿੱਦੇ ਕੱਲ੍ਹ ਪਿਸ਼ਾਵਰ 'ਚ ਨਿਕਲੇ, ਲਾਹੌਰ 'ਚ ਨਿਕਲੇ, ਅੱਜ ਮੰਜ਼ਰ ਆ ਜੀ। ਸਾਰੀ ਦੁਨੀਆ ਜਿਹੜੀ ਆ ਉਹ ਸੋਚ 'ਚ ਪੈ ਗਈ ਕਿ ਇਹ ਪਾਕਿਸਤਾਨ ਦੀ ਕੌਮ ਇਸ ਬੰਦੇ ਨਾਲ ਇੰਨਾ ਪਿਆਰ ਕਰਦੀ ਆ, ਬੇਸਿਕਲੀ ਉਹ ਇਸ ਲੀਡਰ ਨਾਲ ਪਿਆਰ ਨਹੀਂ ਕਰਦੀ, ਉਹਦੀ ਇਮਾਨਦਾਰੀ ਨਾਲ ਪਿਆਰ ਕਰਦੀ ਆ, ਉਹਦੇ ਵਤਨ ਨਾਲ ਮੁਹੱਬਤ ਨਾਲ ਪਿਆਰ ਕਰਦੀ ਆ, ਉਹਦੇ ਨਾਲ ਨਾਲ ਪਾਕਿਸਤਾਨ ਦੀ ਅਤੇ ਜਿਹੜੀ ਗੁਲਾਮੀ ਜਿਹੜੀ ਮਸਲਤ ਕੀਤੀ ਗਈ ਆ ਉਸ ਗੁਲਾਮੀ ਤੋਂ ਨਫ਼ਰਤ ਕਰਦੇ ਹੋਏ ਆਵਾਮ ਜਿਹੜੀ ਆ ਉੱਧਰ ਨੂੰ ਹੋ ਗਈ, ਅਤੇ ਬਾਕੀ ਰਹਿੰਦੀ ਖੁੰਦੀ ਕਸਰ ਜਿਹੜੀ ਆ ਉਹ ਮਹਿੰਗਾਈ ਨੇ ਪੂਰੀ ਕਰਤੀ। ਜਿੱਦਾਂ IMF ਸਾਹਿਬਾ ਜਿਹੜੀਆਂ ਉਹਨਾਂ ਨੇ ਆਰਡਰ ਲਾਏ, ਅਤੇ ਵਜ਼ੀਰ ਆਜ਼ਮ ਸਾਹਿਬ ਨੇ ਪਰਸੋਂ ਹੀ ਹਜੇ ਐਲਾਨ ਕੀਤਾ ਕਿ ਜਨਾਬ ਅਸੀਂ ਬੱਚਤ ਪ੍ਰੋਗਰਾਮ 'ਚ ਆ ਰਹੇ ਹਾਂ। ਅੱਜ ਦੇ ਪ੍ਰੋਟੋਕੋਲ ਜਿਹੜਾ ਮਰੀਮ ਨਵਾਜ਼ ਸਾਹਿਬਾ ਦਾ ਸਰਗੋਧੇ ਵਾਲਾ ਉਹ ਦੇਖ ਕੇ, ਅਤੇ ਪ੍ਰੋਟੋਕੋਲ ਦੀਆਂ ਜਿਹੜੀਆਂ ਤਸਵੀਰਾਂ ਸ਼ੇਅਰ ਹੋ ਰਹੀਆਂ ਉਹਦੇ 'ਤੇ ਉਹ ਮਹਿੰਗਾਈ ਵੀ ਗਈ, ਉਹ ਪ੍ਰੋਟੋਕੋਲ ਜਿਹੜੇ ਆਰਡਰ ਕੀਤੇ ਉਹ ਵੀ ਗਏ ਜੀ। ਲੇਕਿਨ ਚਲੋ ਆਪਣੀ ਗੱਲ ਤੋਂ ਦੂਰ ਹਟਦੇ ਹਾਂ ਜੀ, ਗੱਲ ਉਸ 'ਤੇ ਆਉਂਦੇ ਹਾਂ ਕਿ ਇਮਰਾਨ ਖਾਨ ਸਾਹਿਬ ਦੀ ਬੇਸਿਕ ਦੋ ਵਜ੍ਹਾ ਜੀ, ਅੱਲਾਹ 'ਤੇ ਯਕੀਨ, ਆਵਾਮ 'ਤੇ ਯਕੀਨ, ਇਹਦੇ ਨਾਲ ਨਾਲ ਜਿਹਨੂੰ ਕਹਿੰਦੇ ਨਾ ਤਾਲੀਮ, ਉਹ ਇਨਸਾਨ ਦੇ ਅੰਦਰ ਬੋਲਦੀ। 75 ਸਾਲ ਤੋਂ ਬਾਅਦ ਪਾਕਿਸਤਾਨ ਦੇ ਅੰਦਰ ਜਿਹੜੀ ਆ ਤੁਹਾਨੂੰ ਤਬਦੀਲੀ ਨਜ਼ਰ ਆ ਰਹੀ ਇਹ ਤਾਲੀਮ ਦੀ ਵਜ੍ਹਾ ਨਾਲ। ਨੌਜਵਾਨ ਬੱਚਾ ਮੋਬਾਈਲ ਇਸਤੇਮਾਲ ਕਰ ਰਿਹਾ, ਉਹ ਟੈਕਨੋਲੋਜੀ ਇਸਤੇਮਾਲ ਕਰ ਰਿਹਾ, ਉਹ ਅਵੇਅਰਨੈਸ ਰੱਖ ਰਿਹਾ, ਜਿਹਦੀ ਵਜ੍ਹਾ ਦੇ ਨਾਲ ਇੱਕ ਮਿੰਟ ਤੋਂ ਪਹਿਲੇ ਜਿਹੜਾ ਕੋਈ ਨੈਰੇਟਿਵ ਬਣਾਇਆ ਜਾਂਦਾ, ਬਿਆਨੀਆ ਬਣਾਇਆ ਜਾਂਦਾ, ਉਹ ਠੁੱਸ ਹੋ ਜਾਂਦਾ ਜੀ। ਵਜ੍ਹਾ ਇਹ ਆ ਕਿ ਪਿਛਲੇ ਇਹਨਾਂ ਦੇ ਤੁਸੀਂ ਆ, ਮੈਂ ਇਕੱਲਾ ਦਾ ਵੀਡੀਓ ਕਰਾਂਗਾ, ਬਿਆਨੀਆਂ ਕਰਾਂਗਾ ਜੀ, ਅੱਜ ਕੱਲ੍ਹ ਦੇ ਵਿੱਚ ਕਰਾਂਗਾ, ਉਹ ਬਿਆਨੀਆਂ ਦੇ ਉੱਤੇ ਮੈਂ ਦੱਸਾਂਗਾ ਕਿ, ਔਰ ਉਹਦੇ 'ਚ ਕੁਛ ਇਹ ਵੀ ਦੱਸਾਂਗਾ ਕਿ ਆਉਣ ਵਾਲੇ ਵਕਤ ਦੇ ਵਿੱਚ ਇਹ ਹੁਣ ਕੀ ਸੋਚ ਰਿਹਾ ਜੀ। ਜਦੋਂ ਇਹਨਾਂ ਦੇ ਹੱਥ ਪੈਰ ਸਾਰੇ ਫੁੱਲ ਗਏ ਆ, ਹੁਣ ਇੱਕ ਸਾਜ਼ਿਸ਼ ਦੇ ਤਹਿਤ ਅੱਜ ਇੱਕ ਖਬਰ ਮੈਂ ਪੜ੍ਹੀ ਆ, ਉਹਦੇ 'ਤੇ ਥੋੜ੍ਹੀ ਜਿਹੀ ਤਹਿਕੀਕ ਕਰ ਲਵਾਂ, ਕੱਲ੍ਹ ਨੂੰ ਇਨਸ਼ਾਅੱਲਾ ਵਾਅਦਾ ਰਿਹਾ ਕਿਸੇ ਵੀ ਟਾਈਮ 'ਚੋਂ ਵੀਡੀਓ ਸ਼ੇਅਰ ਕਰਾਂਗਾ ਕਿ ਇਹਨਾਂ ਦਾ ਹੁਣ ਆਉਣ ਵਾਲਾ ਲਾਹੇ ਅਮਲ ਕੀ ਆ, ਕਿਸ ਤਰਫ ਨੂੰ ਆਹਿਸਤਾ ਆਹਿਸਤਾ ਲਿਜਾ ਰਹੇ। ਇਹ ਜਿਹੜੀ ਜੰਗ ਵਾ ਅਦਲੀਆ ਦੇ ਉੱਤੇ ਜਿਹੜਾ ਅਟੈਕ ਕੀਤਾ ਗਿਆ, ਇਸ ਤੋਂ ਬਾਅਦ ਇਹਨਾਂ ਨੇ ਅਦਾਰਿਆਂ ਦੇ ਉੱਤੇ ਸ਼ੁਰੂ ਹੋਣਾ ਜੀ, ਆਹ ਤੁਹਾਨੂੰ ਥੋੜ੍ਹੇ ਦਿਨਾਂ ਤੱਕ ਨਜ਼ਰ ਆਉਣਾ ਜੀ। ਉਹਦੀ ਵਜ੍ਹਾ ਮੈਂ ਉਹਦੇ 'ਤੇ ਇਨਸ਼ਾਅੱਲਾ ਅਗਰ ਜ਼ਿੰਦਗੀ ਰਹੀ ਤਾਂ ਕੱਲ੍ਹ ਉਹਦੇ 'ਤੇ ਜਾਂ ਅੱਜ ਰਾਤ ਨੂੰ ਕਿਸੇ ਟਾਈਮ ਵੀਡੀਓ ਕਰਾਂਗਾ ਜੀ, ਅਤੇ ਸੁਬਾਹ ਉਹ ਅਪਲੋਡ ਕਰਾਂਗਾ ਤੁਹਾਡੇ ਵਾਸਤੇ, ਜਾਂ ਕੱਲ੍ਹ ਸ਼ਾਮ ਤੱਕ ਹੋ ਜਾਏਗੀ। ਪਾਕਿਸਤਾਨ ਤਹਿਰੀਕੇ ਇਨਸਾਫ ਜੀ ਜਿਸ ਤਰ੍ਹਾਂ ਜ਼ਿਮਨੀ ਇਲੈਕਸ਼ਨ ਜਿਹੜਾ ਉਹਨੇ ਲੜਨਾ ਸੀ, ਗੱਲ ਨੂੰ ਸ਼ਾਰਟ ਕਰਦੇ ਹਾਂ ਜੀ, ਬਾਕੀ ਪਿਛਲੀ ਹਿਸਟਰੀ ਨੂੰ ਛੱਡੋ, ਅਤੇ 33 ਸੀਟਾਂ ਦੇ ਉੱਤੇ ਇਮਰਾਨ ਖਾਨ ਸਾਹਿਬ ਨੇ ਪਹਿਲੇ ਫੈਸਲਾ ਕੀਤਾ ਸੀ ਮੈਂ ਆਪ ਲੜਨਾ, ਫਿਰ ਉਹਨਾਂ ਨੇ ਕਿਹਾ ਨਹੀਂ ਮੈਂ ਆਪਣੇ ਭਲਵਾਨਾਂ ਨੂੰ ਲੜਾਉਣਾ ਜੀ, ਇਹ ਵਾਰਮ ਅਪ ਹੋ ਜਾਣਗੇ, ਆਵਾਮ ਨਾਲ ਘੁਲਣ ਮਿਲਣਗੇ, ਇਹਨਾਂ ਨੂੰ ਪਤਾ ਲੱਗੇਗਾ ਕਿਹੜਾ ਗਰੁੱਪ ਨਾਰਾਜ਼ ਆ, ਕਿਹੜਾ ਜਿਹੜਾ ਮੇਰੇ ਨਾਲ ਰਾਜ਼ੀ ਆ, ਯਾਨੀ ਉਹ ਢਿੱਡ ਦੀਆਂ ਪਾਕੀਆਂ ਪਲੀਤੀਆਂ ਉਹ ਜਿਹੜੇ ਧੜੇ ਆ ਉਹਨਾਂ ਦੀਆਂ ਪਤਾ ਲੱਗ ਜਾਣਗੀਆਂ, ਅਤੇ ਆਵਾਮ ਦੇ ਲੋਕਾਂ ਦਾ ਵੀ ਪਤਾ ਲੱਗ ਜਾਏਗਾ ਕੌਣ ਕਿਹੜਾ ਕਿਹੜਾ ਬੰਦਾ ਮੈਨੂੰ ਵੋਟ ਪਾਏਗਾ ਨਹੀਂ ਪਾਏਗਾ। ਫਿਰ ਜਦੋਂ ਅੱਗੇ ਜ਼ਿਮਨੀ ਤੋਂ ਬਾਅਦ ਜਿਹੜਾ ਕੌਮੀ ਇਲੈਕਸ਼ਨ ਜਦੋਂ ਵੀ ਅੱਲਾ ਖੈਰ ਕਰੇ ਹੋਏਗਾ, ਜਿਹੜਾ ਕਿ ਹੁਣ ਨਜ਼ਰ ਆਉਂਦਾ ਹੋ ਰਿਹਾ, ਕੁਛ ਲੋਕ ਜਿਹੜੇ ਆ ਉਹ ਕਹਿ ਰਹੇ ਆ ਵੀ ਅਸੀਂ ਨਹੀਂ ਕਰਾਉਣਾ ਚਾਹੁੰਦੇ, ਉਹ ਜਨਾਬ ਪਤਾ ਲੱਗ ਜਾਏਗਾ ਜਿਸਲੇ, ਚਲੋ ਜਿਸਲੇ ਵੀ ਇਲੈਕਸ਼ਨ ਹੋਏਗਾ ਇਹਨਾਂ ਨੂੰ ਪਤਾ ਹੋਏਗਾ ਕਿ ਫਲਾਨਾ ਘਰ ਮੇਰੇ ਨਾਲ ਨਾਰਾਜ਼ ਆ, ਫਲਾਨਾ ਜਿਹੜਾ ਰਾਜ਼ੀ ਆ, ਇਹ ਸਾਰਾ ਕੰਮ ਉਹਨਾਂ ਨੂੰ ਐਕਸਪੀਰੀਅੰਸ ਹੋ ਜਾਏਗਾ। ਉਹਦੇ ਤਹਿਤ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਇਲੈਕਸ਼ਨ ਲੜੋ। PDM ਦਾ ਜਿਹੜਾ ਗਰੁੱਪ ਸੀ ਜੀ, ਉਹਨੇ ਪਹਿਲੇ ਬਹਾਨਾ ਲਾਇਆ ਜੀ, ਇਮਰਾਨ ਖਾਨ ਸਾਹਿਬ ਦਾ ਨਾਂ ਸੁਣ ਕੇ ਉਹਨਾਂ ਨੂੰ ਬੁਖਾਰ ਚੜਿਆ ਵੀ ਅਸੀਂ ਇੱਥੇ ਕੈਂਡੀਡੇਟ, ਕਹਿੰਦੇ ਅਸੀਂ ਨਹੀਂ ਲੜਨਾ ਇਹਨਾਂ ਦੇ ਖਿਲਾਫ, ਕੌਣ ਇਹਨਾਂ ਦੇ ਨਾਲ, ਜਨਾਬ ਅਸੀਂ ਪੈਸੇ ਵੀ ਨਹੀਂ ਜ਼ਾਇਆ ਕਰਨੇ, ਆਵਾਮ ਤਾਂ ਇਹਨਾਂ ਵਾਲਾ, ਤਾਂ ਉਹ ਜਿੱਥੇ ਇਮਰਾਨ ਖਾਨ ਖੜਾ ਹੋ ਜਾਣਾ ਸਾਨੂੰ ਵੋਟ ਕਿਹਨੇ ਪਾਉਣਾ। ਚਲੋ ਜੀ, ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਨੇ ਆਪਣੇ ਆ ਜਿਹੜੇ ਬੱਚੇ ਬਚੂੰਗੜੇ ਇਹਨਾਂ ਨੇ ਕਿਹਾ ਤੁਸੀਂ ਲੜ ਲਓ ਯਾਰ, ਸ਼ਾਇਦ ਇਹ ਭੁੱਲ ਭੁਲੇਖੇ ਨਾਲ ਇਲੈਕਸ਼ਨ ਦੇ ਵਿੱਚ ਆ ਜਾਣ, ਉਹ ਜਨਾਬ ਉੱਤੋਂ ਵੀ ਭੱਜ ਗਏ। ਮੁੜ ਕੇ ਜਨਾਬ ਮੋਦਰ ਹਾਈ ਕੋਰਟ ਦਾ ਫੈਸਲਾ ਆ ਗਿਆ ਜੀ, ਫੈਸਲਾ ਆ ਗਿਆ ਜੀ ਕਿ ਉਹ ਕਲਦਮ ਜਿਹੜੇ ਅਸਤੀਫੇ ਆ ਕਰਾਰ ਦੇ ਉੱਤੇ, ਉਹ ਜਿਹੜੇ 33 ਦੇ ਸੀਟਾਂ ਸੀ ਉਹਦੇ 'ਚੋਂ 32 ਸੀਟਾਂ ਦੇ ਉੱਤੇ ਜਨਾਬ ਨੋਟੀਫਿਕੇਸ਼ਨ ਅੱਜ ਜਿਹੜੇ ਇਮਾਮ ਸਾਹਿਬ ਆ ਜੀ, ਇਮਾਮ ਏ ਕਮਿਸ਼ਨ, ਉਹਨਾਂ ਨੇ ਜਨਾਬ ਜਾਰੀ ਕਰ ਦਿੱਤਾ, ਉਹ ਕਰਾਇਆ ਗਿਆ ਕਿ ਖੁਦਾ ਦੇ ਵਾਸਤੇ ਸਾਨੂੰ ਇਲੈਕਸ਼ਨ ਤੋਂ ਬਚਾਇਆ ਜਾਵੇ, ਇਹਨਾਂ ਨੂੰ ਇਲੈਕਸ਼ਨ ਲਿਆਓ, ਸ਼ਾਇਦ ਅਸੀਂ ਕੋਈ 4 ਮਹੀਨੇ ਹੋਰ ਕੱਢ ਲਈਏ, ਲੜ ਲੁੜ ਕੇ ਕੋਈ ਅਸੈਂਬਲੀਆਂ ਦੇ ਵਿੱਚ ਕੋਈ ਲੜਾਈ ਕਰ ਲਈਏ, ਕੁਛ ਨਾ ਅਦਾਲਤ ਨਾਲ ਲੜਾਈ ਕਰ ਲਈਏ, ਫਿਰ ਅਸੀਂ 4 ਦਿਨ ਜਿਹੜੇ ਤਾਕਤਵਰ ਹਲਕੇ ਆ ਉਹਨਾਂ ਨੂੰ ਵੀ ਦੱਸਣਾ ਕਿ ਤੁਸੀਂ ਗਲਤੀ ਕੀਤੀ ਸੀ,
वो इमरान रियाज खान साहब ने कहा सी कि ये उन्होंने ऑन रिकॉर्ड मौजूद है जदों उन्होंने तकरीर की सी तो उस बाद वो फिर जेल गए सी उहदे विच उन्होंने कहा कि एक दिन आएगा जिस दिन ये लोग वापस आएंगे आगे कहेंगे कि तुसी आओ वापस और ये गल साबित होएगी। अज अदलिया के उत्ते अटैक हो रहा अन करीब तुहानू नज़र आएगा कि ये जनाब पाकिस्तान के जिहड़े ताकतवर हलके आ उन नाल सीधे जिहड़ा जिदा अजकल जनरल फैज हमीद साहब के दुआले होए आ पंजां दे टोले का नाँ लै रहे पंजां दे उत्तों फिर जनाब ये वधणगे अगे जाणगे जदों अद इन्हां नू अंधेरा नज़र आएगा। बहरहाल के जी राजा रियाज साहब जिहड़े अपोजिशन लीडर सी ਉਹ ਵੀ ਫਾਰਗ ਹੋ ਗਏ ਜੀ। ਨੂਰ ਆਲਮ ਸਾਹਿਬ ਵੀ ਫਾਰਗ ਹੋ ਗਏ ਜਨਾਬ। ਕਾਇਮਾ ਕਮੇਟੀਆਂ ਬਾਕੀ ਫਲਾਨਾ ਕਮੇਟੀ ਇਤਸਾਬ ਕਮੇਟੀ ਫਲਾਨੀਆਂ ਜੋ ਕੌਮੀ ਅਸੈਂਬਲੀ ਦੀਆਂ ਜਿੰਨੀਆਂ ਵੀ ਕਮੇਟੀਆਂ ਵਾ ਉਹ ਸਾਰੀਆਂ ਜਨਾਬ ਉਹ ਪਾਕਿਸਤਾਨ ਤਹਿਰੀਕ ਇਨਸਾਫ ਜਿਹੜੀ ਆ ਉਹ ਲੈ ਗਈ ਜਨਾਬ। ਇਹਦੇ ਨਾਲ ਨਾਲ ਉਹਨਾਂ ਦਾ ਕੇਸ ਚੱਲਦਾ ਪਿਆ ਉਹ ਸੱਤਰਾਂ ਦਾ ਅਸਤੀਫੇ ਵਾਲਾ ਉਹ ਅਗਰ ਉਹਦੇ 'ਤੇ ਕੋਈ ਰਿਲੀਫ ਮਿਲ ਗਿਆ ਅਤੇ ਇਹ 32 ਇਹ ਲਾ ਲਓ ਅਤੇ ਜਨਾਬ ਬਾਕੀ ਲਾ ਲਓ ਇਮਰਾਨ ਖਾਨ ਸਾਹਿਬ ਦੇ ਨੋਟੀਫਿਕੇਸ਼ਨ ਲਾ ਲਓ ਲਾ ਲੂ ਕੇ ਸੀਟਾਂ ਕਿੱਥੇ ਜਾ ਕੇ ਗੱਲ ਪੈਣੀ ਤਾਂ ਅੱਗੇ ਗੱਲ ਚੱਲ ਜਾਣੀ ਹੈ। ਇਹਨੂੰ ਕਹਿੰਦੇ ਦੀ ਅੱਲਾਹ ਤਾਲਾ ਦਾ ਫੈਸਲਾ। ਇਹਦੇ ਨਾਲ ਨਾਲ ਜਨਾਬ ਪਾਕਿਸਤਾਨ ਮੁਸਲਿਮ ਲੀਗ ਜਨਾਬ ਉਹਨਾਂ ਦਾ ਬਿਆਨੀਆਂ ਜਨਾਬ ਆਪਸ ਦੇ ਵਿੱਚ ਹੀ ਲੜਾਈ ਵਾਲਾ ਸ਼ੁਰੂ ਹੋਇਆ। ਜੋ ਜ਼ਰਾਏ ਦੇ ਮੁਤਾਬਕ ਖਬਰ ਆ ਰਹੀ ਹੈ ਕਿ ਹਮਜ਼ਾ ਸ਼ਬਾਜ਼ ਸ਼ਰੀਫ ਸਾਹਿਬ ਜਿਹੜੇ ਆ ਉਹ ਨਾਰਾਜ਼ ਆ ਸਖ਼ਤ ਤਰੀਨ। ਇਹਦੇ ਨਾਲ ਨਾਲ ਜਨਾਬ ਮਰੀਅਮ ਨਵਾਜ਼ ਸਾਹਿਬ ਆ ਜਿਹੜੀਆਂ ਮੁਕੰਮਲ ਕੰਟਰੋਲ ਹਾਸਲ ਕਰਨੀਆਂ ਚਾਹੁੰਦੀਆਂ ਉਹ ਹੁਣ ਜਿਹੜੇ ਹਮਜ਼ਾ ਸ਼ਬਾਜ਼ ਸ਼ਰੀਫ ਸਾਹਿਬ ਦੇ ਆਦਮੀ ਆ ਉਹਨਾਂ ਨੂੰ ਬਾਹਰ ਕੱਢ ਰਹੇ ਆ। ਇਹਦੇ ਨਾਲ ਨਾਲ ਜਨਾਬ ਆਪਣੇ ਜਿਹੜੇ ਬੰਦੇ ਆ ਆਪਣੇ ਵਿੰਗ ਦੇ ਬੰਦੇ ਆ ਉਹਨਾਂ ਨੂੰ ਜਗ੍ਹਾ ਦਿੱਤੀ ਜਾ ਰਹੀ ਆ ਉਹਦੇ ਵਿੱਚ ਪਾਕਿਸਤਾਨ ਮੁਸਲਿਮ ਲੀਗ ਦੇ ਵਿੱਚ। ਹਮਜ਼ਾ ਸ਼ਬਾਜ਼ ਸ਼ਰੀਫ ਸਾਹਿਬ ਦੇ ਮੁਤਾਬਕ ਉਹ ਖਾਮੋਸ਼ ਆ ਬਹੁਤ ਦਿਨਾਂ ਤੋਂ, ਲੇਕਿਨ ਆਹ ਜਿਹੜਾ ਗਰੁੱਪ ਬਣਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਵਾ ਇਹ ਤਿਆਰੀ ਹੋ ਰਹੀ ਆ ਮੀਮ ਔਰ ਸ਼ੀਨ ਜਾਂ ਨੂਨ ਔਰ ਸ਼ੀਨ ਦੀ ਜੀ। ਇਹ ਕਿੱਧਰ ਨੂੰ ਜਾਏਗੀ? ਚੌਧਰੀ ਨਸਾਰ ਅਲੀ ਖਾਨ ਸਾਹਿਬ ਨੇ ਅੱਜ ਇੱਕ ਸਟੇਟਮੈਂਟ ਦਿੱਤੀ ਆ ਜੀ ਕਿ ਮੈਂ ਆਜ਼ਾਦ ਇਲੈਕਸ਼ਨ ਲੜਾਂਗਾ, ਕਿਸੇ ਵੀ ਜਨਾਬ ਜਮਾਤ ਦੇ ਜਿਹੜਾ ਦੁਮ ਛੱਲਾ ਬਣ ਕੇ ਜਾਂ ਉਹਦੇ ਟਿਕਟ 'ਤੇ ਮੈਂ ਇਲੈਕਸ਼ਨ ਨਹੀਂ ਲੜਾਂਗਾ। ਉਹ ਆਪਣੀ ਤਿਆਰੀ ਕਰ ਰਹੇ ਆ, ਉਹ 4-5 ਸੀਟਾਂ 3 ਸੀਟਾਂ ਕੱਢਣਗੇ, ਫਿਰ ਉਹ ਆਪਣੇ ਕਿਸੇ ਹਿਸਾਬ ਕਿਤਾਬ ਨੂੰ ਦੇਖਣਗੇ ਕਿ ਸੂਰਜ ਕਿੱਧਰ ਨੂੰ ਚੜ੍ਹਦਾ ਜਾਂ ਲੱਥਦਾ, ਉਹਦੇ ਨੂੰ ਫੈਸਲਾ ਕਰਨਗੇ ਜੀ। ਕੁਛ ਪਿੱਛੋਂ ਇਸ਼ਾਰਾ ਹੈਗਾ ਇਹ ਬਾਗੀ ਗਰੁੱਪ ਜਿਹੜਾ ਵੀ ਇਹਨੂੰ ਸ਼ਾਇਦ ਇਕੱਠਾ ਕਰਕੇ ਕੋਈ ਪੀਪਲਜ਼ ਪਾਰਟੀ ਨਾਲ ਹਾਕ ਕਰਾਇਆ ਜਾਵੇ ਜਾਂ ਇਹ ਆਜ਼ਾਦ ਹਸੀਅਤ ਦੇ ਵਿੱਚ ਹੀ ਆਪਣਾ ਇੱਕ ਆਜ਼ਾਦ ਗਰੁੱਪ ਬੈਠੇਗਾ ਮੁਫਾਹਮਤ ਦੀ ਹਕੂਮਤ ਬਣਾਉਣ ਦੇ। ਇਹ ਸੋਚੇ ਜਾ ਰਹੇ ਪਲੈਨ, ਲੇਕਿਨ ਫੈਸਲਾ ਅੱਲਾਹ ਤਾਲਾ ਦਾ ਜੀ। ਇਹ ਸਾਰੇ ਕੰਮ ਹੋ ਰਹੇ ਆ ਜੀ, ਸ਼ਿੱਦਤ ਅਖਤਿਆਰ ਕੀਤੀ ਜਾ ਰਹੀ ਆ, ਤਲਖੀ ਆ ਰਹੀ ਆ, ਤੇਜ਼ੀ ਆ ਰਹੀ ਆ, ਸਾਰੀਆਂ ਚੀਜ਼ਾਂ ਵਾ ਜੀ। ਲੇਕਿਨ ਐਂਡ ਦੇ ਉੱਤੇ ਜਿਹੜੀ ਮੈਂ ਗੱਲ ਕਰਨ ਲੱਗਾ ਜੀ, ਵਜ਼ੀਰ ਆਜ਼ਮ ਸਾਹਿਬ ਨੇ ਇੱਕ ਇਤਰਾਫ਼ ਕੀਤਾ ਕਿ ਸਾਡੇ ਨਾਲ ਕੋ ਅੱਛਾ ਨਹੀਂ ਕੀਤਾ ਦੋਸਤ ਮਮਾਲਕ ਨੇ। ਇਹ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਜੀ, ਅਤੇ ਜ਼ਰਾਏ ਦੇ ਮੁਤਾਬਕ ਜਿਹੜੀ ਖਬਰ ਆ ਉਹ ਇਹ ਆ, ਇਹਨੂੰ ਅਗਰ ਕਲੈਰੀਫਿਕੇਸ਼ਨ ਕੀਤਾ ਜਾਵੇ ਗੈਰ ਹਤਮੀ ਗੈਰ ਸਰਕਾਰੀ ਨਤਾਇਜ ਦੇ ਮੁਤਾਬਕ ਇਹਦਾ ਅਗਰ ਅਨੈਲਿਸਿਸ ਕੀਤਾ ਜਾਵੇ ਕਿ ਵਜ਼ੀਰ ਆਜ਼ਮ ਸਾਹਿਬ ਨੇ ਕਿਸੇ ਜਗ੍ਹਾ 'ਤੇ ਸਟੇਟਮੈਂਟ ਦਿੱਤੀ ਆ ਕਿ ਸਾਡੇ ਨਾਲ ਦੋਸਤ ਮਮਾਲਕ ਜਿਹੜਾ ਅੱਛਾ ਵਰਤਾਓ ਨਹੀਂ ਕਰ ਰਹੇ, ਮੁਸ਼ਕਲ ਵਕਤ 'ਚ ਸਾਡੇ ਮਦਦ ਨਹੀਂ ਕਰ ਰਹੇ। ਹੁਣ ਜ਼ਰਾ ਇਸ ਚੀਜ਼ ਦਾ ਅਨੈਲਿਸਿਸ ਵੀਡੀਓ ਦੇ ਐਂਡ 'ਤੇ ਕਰਦੇ ਹਾਂ ਜੀ। ਮੈਂ ਤੁਹਾਨੂੰ ਯਾਦ ਆ ਕਿ ਮੇਰੀ ਜਿਹੜੇ ਬੰਦੇ ਰੈਗੂਲਰ ਵੀਡੀਓ ਦੇਖ ਰਹੇ, ਮੈਂ ਤੁਹਾਨੂੰ ਇੱਕ ਗੱਲ ਕਹੀ ਆ, ਇੱਕ ਅਮਰੀਕਾ ਆਪਣੀ ਰਜੀਮ ਚੇਂਜ ਕਰ ਚੁੱਕਿਆ ਵਾ। ਜਿਨ੍ਹਾਂ ਲੋਕਾਂ ਨੇ 20 ਸਾਲ ਅਫਗਾਨਿਸਤਾਨ 'ਚ ਅਮਰੀਕਾ ਨੂੰ ਕੱਢਣ ਵਾਸਤੇ ਜੰਗ ਲੜੀ, ਇਸ ਖਿੱਤੇ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਪੈਸਾ ਖਰਚਿਆ, ਪਾਕਿਸਤਾਨ 'ਤੇ ਪੈਸਾ ਖਰਚਾ ਕੀਤਾ, ਕਿਆ ਉਹ ਖਾਮੋਸ਼ ਬੈਠਣਗੇ? ਸੋਚਣੇ ਵਾਲੀ ਗੱਲ ਇਹ ਆ ਜੀ। ਆਖਰ ਉਹ ਵੀ ਕੁਛ ਨਾ ਕੁਛ ਕਰ ਰਹੇ ਆ, ਆਉਣ ਵਾਲੇ ਵਕਤ ਦੀ ਉਹ ਸੁਪਰ ਪਾਵਰ ਆ, ਰੂਸ ਉਹਦੇ ਨਾਲ ਆ, ਤੁਰਕੀ ਉਹਦੇ ਨਾਲ ਆ, ਅਫਗਾਨਿਸਤਾਨ ਉਹਦੇ ਨਾਲ ਆ, ਇਰਾਨ ਉਹਦੇ ਨਾਲ ਆ। ਆਹ ਜਿਹੜਾ ਮਾਮਲਾ ਤੁਹਾਨੂੰ ਨਜ਼ਰ ਆਉਂਦੇ ਵਿਗੜੇ ਹੋਏ ਅਫਗਾਨਿਸਤਾਨ ਦੇ ਨਾਲ, ਵਜ੍ਹਾ ਕੀ ਆ? ਉਹਨਾਂ ਦਾ ਰਿਵੈਂਜ ਆ। ਖਵਾਜਾ ਆਸਫ ਸਾਹਿਬ ਗਏ, ਉਹਨਾਂ ਨੇ ਮਤਾਲਬਾਤ ਰੱਖੇ ਆਪਣੇ ਸਾਹਮਣੇ, ਉਹ ਰਿਵੈਂਜ ਆ ਉਹਨਾਂ ਦਾ ਜੀ। ਪਾਕਿਸਤਾਨ ਦੇ ਮੁਹਿੱਬ ਵਤਨ ਲੋਕਾਂ ਨਾਲ ਉਹਨਾਂ ਦਾ ਕੋਈ ਨਹੀਂ ਹੈਗਾ। ਜਿਨ੍ਹਾਂ ਲੋਕਾਂ ਨਾਲ ਉਹਨਾਂ ਦਾ ਰਿਵੈਂਜ ਆ, ਉਹਨਾਂ ਨੇ ਇਸ ਹਕੂਮਤ ਨਾਲ ਰਿਵੈਂਜ ਕੀਤਾ। ਜਿਹੜੇ ਲੋਕ ਆ ਫੈਸਲਾ ਸਾਜ਼ ਲੋਕ ਆ, ਉਹਨਾਂ ਨਾਲ ਉਹਨਾਂ ਨੇ ਰਿਵੈਂਜ ਕੀਤਾ ਇਸ ਗੱਲ ਦਾ ਕਿ ਸਾਡੇ ਨਾਲ ਚੰਗਾ ਨਹੀਂ ਕੀਤਾ। ਇਰਾਨ ਜਿਹੜਾ ਵਾ ਉਹਦੀ ਇਮਰਾਨ ਖਾਨ ਸਾਹਿਬ ਦੇ ਦੌਰ ਦੇ ਵਿੱਚ ਪਾਕਿਸਤਾਨ ਦੇ ਤਲਕਾਤ ਇਰਾਨ ਨਾਲ ਵੀ ਬਣ ਰਹੇ ਸੀ। ਵਜ੍ਹਾ ਇਹ ਕਿ ਪਾਕਿਸਤਾਨ ਵੀ ਸੀ ਪੈਕ 'ਚ ਸੀ, ਇਰਾਨ ਵੀ ਸੀ ਪੈਕ 'ਚ, ਅਫਗਾਨਿਸਤਾਨ ਵੀ ਸੀ ਪੈਕ 'ਚ ਸੀ, ਸੀ ਪੈਕ ਮੇਡ ਇਨ ਚਾਈਨਾ ਜੀ। ਤੁਰਕੀ ਵੀ ਪਾਕਿਸਤਾਨ ਦੇ ਉਸ ਸੀ ਪੈਕ ਦਾ ਹਿੱਸਾ ਸੀ, ਉਹ ਵੀ ਮੇਡ ਇਨ ਚਾਈਨਾ ਸੀ ਜੀ। ਬੰਗਲਾਦੇਸ਼ ਨਾਲ ਬਹੁਤ ਸਾਲਾਂ ਬਾਅਦ ਰਾਬਤ ਬਹਾਲ ਹੋਏ ਸੀ ਇਮਰਾਨ ਖਾਨ ਸਾਹਿਬ ਦੇ ਦੌਰ 'ਚ, ਉਹ ਵੀ ਮੇਡ ਇਨ ਚਾਈਨਾ ਵੱਲ ਜਾ ਰਿਹਾ। ਸ਼੍ਰੀਲੰਕਾ ਜਿੱਥੇ ਅਮਰੀਕਾ ਨੇ ਰਜੀਮ ਚੇਂਜ ਕੀਤਾ,
वह भी जनाब मेड इन चाइना सी। ये चाइना ब्लाक जिहड़ा सी ये सारा वस्ती रियासतां वह रूस के अंडर कुछ सी, कुछ चाइना के अंडर सी। ये सारे जिहड़ा निज़ाम सी जी चल रहा। सऊदी अरब का टिल्ट जिहड़ा वा वह चाइना सिर्फ अपने मुफादात की खातर, कोई हथियार लैन की खातर, कुछ दफाई निज़ाम लैन की खातर उधर नूं सी। दुबई जिहड़ा वा वह गो के इस टाइम वह इसराइल के शिकंजे च आ चुकिया वा, लेकिन वो अपने मुफादात बिजनेस के वास्ते वो चाइना के नाल अंदर खाने, जिस तरह सऊदी अरब वर्क कर रहा इस तरह ही वो कर रहा है जी। ये सारा निज़ाम तुहाडे सामने है जी। हुण वज़ीर आज़म साहब ने गिला किया जी कि साडा दोस्त ममालिक ने अच्छा नहीं किया। दोस्त ममालिक दे नाल तुसी की किया? सी पैक इतों जनाब खत्म किया, सी पैक वाले बर्तन चुका के उन्होंने पिंड भेज दिता, सी पैक के तमाम मुआहदे जिहड़े स्लो कर दिते गए, काम रोक दिते गए। जिहड़ा उन्हां नूं खदशा सी आ जिहड़े मामलात अफगानिस्तान, मैं वो लफज नहीं इस्तेमाल करदा, खदशा जिहड़े आ उन्हां दे मतलब उन्हां नूं तहफजात आ पाकिस्तान दे उत्ते, पाकिस्तान दे कुछ लोगों के तहफजात, उस वजह दे नाल उन्होंने अपना वर्किंग स्लो कर दी। सफारती तलकात उन्होंने कम कर दिते पाकिस्तान दे नाल, ते हजे गिला करिए जी उन्हां दे उत्ते कि पैसे असी उन्हां दे खा गए जनाब, जिहड़े बैंक च पए सी उधार लए पैसे वह भी खा गए। सऊदी अरब के पैसे असी पिछले जिहड़े देने आ वह भी खा गए, दुबई के पैसे असी देने आ वह भी असी खा गए, इस तरह एशियन डिवेलपमेंट बैंक के पैसे वह भी असी खा गए। ये सारे खा खू के असी उन्होंने कही होर पैसे दे दिओ, वह अहमक तो नहीं है। हाँ उन्होंने मुफादात का तहफज कर दे, आ जिनी क्राइसिस पाकिस्तान है इन्ने क पैसे चाइना ने वैसे तुहानू कल्ले ने पैसे दे देने सी। फिर मैं अपनी वीडियो च एक गल कही सी कि अज कल साल डेढ़ साल जदों पाकिस्तान लाचार हो जाएगा, उस तो बाद इन्हों अपनी गलती का एहसास होएगा, जो कुछ आ हो रहा वा ये जदों खेल जड़ा वा इहदा ये शौक पूरा हो जाएगा, उस तो बाद इन्हां नूं महसूस होएगा कि पाकिस्तान नूं चाइना की अशद जरूरत आ। क्यों? हजे भारत ने अपने परपुरजे नहीं कढ़े, जिस वेले भारत अपने परपुरजे कढ़ेगा उस वक्त चाइना की याद आएगी, वो 70 साल की दोस्ती जिहड़ी खूह च सुट दित्ती गई वह सारा निज़ाम इन्हां नूं याद आएगा। वह वक्त आने वाला जी करीब, मैं बहुत ही ज़्यादा लंबी वो तफसील नहीं पैदा, उत्तर वीडियो एक की हुई आ जो वो मकासद अमेरिका दे के उन्हों भारत को इतने डिवेलपमेंट दे के उन्हों एशिया का बड़ा ताकतवर चीज़ बनाना। बाकी वो हिस्टरी बहुत सारी जुड़ी आ, कश्मीर का मामला भी वो ही जुड़िया आ, अफगानिस्तान का मामला भी वो जुड़िया आ, श्रीलंका का मामला भी वो जुड़िया आ, चाइना का मामला भी वो जुड़िया है, लद्दाख का मामला भी वो जुड़िया है जी। ये सारे मामला जिहड़े आ ये सारे जुड़े आ, और एक इंटरनेशनल टाइप का सिटी बनाना चाहता अमेरिका जिथे आजादाना जी हुकूमत होवे, ओ जिहड़ा ओ कश्मीर ते नज़र रखी बैठा जी आने वाले वक्त दे विच, उहनू मल्टीपर्पज सिटी जिहड़ा वा ओ बनाता जाएगा। जिदां कि दुबई समझ लो भी जिहड़ा मर्जी आ जाए तो जिहड़ा मर्जी चला जाए, जो मर्जी इनवैसटमेंट कर ले, फिर मुफाद आ जिथे उत्थे हुण इसराइली जिहड़े इनवैसटमेंट कर रहे वो को खैर तो नहीं करनगे। इस तरह इत्थे जिहड़ियां ताकतां जदों गैर मुल्की आके इनवैसटमेंट करनगियां भारत दे ओह मुफादात नूं तरजीह देणगियां, पाकिस्तान उस वक्त सोच च पएगा जी। इह सारियां चीज़ां नूं मद्देनज़र रखदे होए अगर उन्हां लोगां नाल असीं अच्छा बर्ताव कीता हुंदा तां साडी जरूर मदद करदे। जिस वेले इन्हां नूं गलती दा अहसास होएगा उस वक्त पाकिस्तान दे पुलां थल्लों पाणी दा बहुत सारा गुजर चुकिया होएगा, लेकिन वह मसाइल पाकिस्तान दे हल करने इमरान खान नू लियाना पएगा, चाइना ना दोस्ती करनी पएगी, चाइना को रिलीफ लेना पएगा, सब तो ज़्यादा पैसा असी चाइना दा देना, रशिया साड़ी मदद करेगा, गो के इस टाइम वो जरूर जंग दे विच आ, क्राइसिस दे विच आ, तलकात बहाल होणगे, तुर्की पाकिस्तान की मदद करेगा जिहड़ा इस टाइम इन्हां नू जवाब दे रहा जनाब। इस तरह वस्ती रियासतां वा वो जनाब पाकिस्तान दे नाल तजारत करनगियां, पाकिस्तान एक खिते दे विच दोबारा अफगानिस्तान दे नाल मामलात भी सीधे हो जाणगे अगर इतों अमेरिकन इनफ्लुएंस जरा खत्म किया जाएगा। ये आ जी गल तो वह लोग चुप नहीं बैठे, वो अपनी वर्किंग कर रहे हैं स्लो एंड स्टडी विज द रेस। चाइना कभी काम जरा जो करता हों शोर नहीं पाता, वह रिजल्ट कल के आवाम के सामने दसता कि लो जी आ मैं अपने मुल्क चो गुरबत खत्म करती, इन्ना पैसा मेरे को जी जिन्ना अमेरिका सोच भी नहीं सकता, पग उन्होंने को ऐसी टैक्नोलॉजी आ जी अमेरिका को नहीं हैगी, वो चंद तक पहुँच गया जी, जिहड़ा ऐसा मतलब कि बाकी अगे बयानीए रहे ना जिदा पाकिस्तान मुस्लिम लीग दे या पीपल पार्टी के बयानीए रह के असी पाकिस्तान तरक्की देंगे, उन्होंने आप नूं तरक्की दी, लेकिन चाइना ने साबित किया
कि चंद तो मिट्टी 2 किलो लैके आया वह लिया के उन्होंने लैबोरेटरी टेस्ट कर रहा। मकसद ये आ कि वक्त गुजरिया उन्होंने हजे भी समझ जाओ तो शायद पाकिस्तान का भला हो जाए। जिहड़ा पाकिस्तान नू लीडर बचाना चाहता वा वह लीडर नू बजाए क्रास लाण दे उसको फायदा चुक लो। जिंदगी इंसान की महदूद जी हुंदी आ। अगर पाकिस्तान की कौम का भला चाहते हो तो उस लीडर को फायदा चुक के पाकिस्तान एक तरक्की की राह लै जाओ। अगे उन्हें 17 साल तो बाद पाकिस्तान एक तरक्की की शाहराह ते रवां दवां कीता सी, लेकिन अगे फाटक ला के बंद कर दिता गया। वो मुफादात की पेंट चढ़ाता गया, वो अमेरिका की पेंट चढ़ाता गया। 75 साल च पाकिस्तान अमेरिका ने कुछ नहीं दिता जी, हजे तक लॉलीपॉप ही दिता। इस वास्ते यकीन रखो फैसला अल्लाह ताला दा। जो तोड़ फोड़ आ मुस्लिम लीग के अंदर नज़र आ रही, जो फारवर्ड ब्लाक बन रहे, ये फैसला अल्लाह ताला दा। एक मेरी वीडियो पई आ बाजवा डॉक्टर आए, उन्होंने कदे सुन लेना जी कि इस वक्त जरदारी साहब ने स्टैबलिशमेंट ने मिल के पाकिस्तान मुस्लिम लीग नू कुएं दे विच धकेल दिता जी। उहदे को ओ काम कराए आ कि वो बंद गली चली गई। आने वाले इलैक्शन हो सकता इन्हां दे कैंडीडेटा दे जिहड़ियां जमानतां ही जब्त हो जाण जी। चंद एक एरिए होणगे जी जिथे इन्हां दा होल्ड बहुत ज़्यादा। पाकिस्तान का किहड़ा शहर आ जी जिथे पंजाब दा जिहदे च इस टाइम पाकिस्तान तहरीक इंसाफ टॉप ते नहीं हैगी। दुनिया ने सर्वे करा लए, पाकिस्तान की हुकूमत ने सर्वे करा लए, पाकिस्तान के ताकतवर हल्कों ने सर्वे करा लए। 75 तो 80% रेशो आ रही जी इमरान खान की आवाम की जी, कि वह पाकिस्तान को बचाना चाहते हैं। एक्स आर्मी मैन पाकिस्तान को बचाना चाहते हैं, जिहड़े कुर्बानियां दे रहे हैं बार्डर के उत्ते वह पाकिस्तान को बचाना चाहते हैं। चंद एक लोग आ जी जिहड़े पाकिस्तान विच अपने मुफादात का खेल खेल रहे हैं, उन्हां वास्ते अल्लाह ताला की रस्सी तंग होंदी जा रही आ, मजीद तंग होंदी जानी आ। टेन्योर जिहड़ा मुस्लिम लीग की सफाई होगी, अगली बारी जनाब मौलाना फजलुर रहमान साहब की तो जरदारी साहब की आनी है। मेरी वीडियो की गल याद रखना, मेरी वीडियो पई आ बाजवा डॉक्टर आइन, उन्होंने सुन लेना जी। उस तो बाद फिर अगली गल की जाएगी। गो के बाजवा साहब के मतलब बहुत सारे सवाल आ था, लेकिन जो एक पॉलिसी आ वो पॉलिसी मैं उत्ते डिस्कस की आ, सुन लेना तो अपने आप जी।